ਤੁਸੀਂ ਪੁਰਾਣੇ ਖਿਡੌਣੇ ਦੀ ਮੋਟਰ ਤੋਂ ਜਨਰੇਟਰ ਬਣਾ ਸਕਦੇ ਹੋ। ਇਸ ਲਈ ਤੁਹਾਨੂੰ ਪੁਰਾਣੇ ਖਿਡੌਣੇ ਦੀ ਮੋਟਰ, ਪੁਰਾਣੀ ਸੀਡੀ, ਐਲਈਡੀ ਅਤੇ ਕੁਝ ਹੋਰ ਸਮਾਨ ਚਾਹੀਦਾ ਹੈ। ਇੱਕ ਲੱਕੜ ਦਾ ਸਟੈਂਡ ਬਣਾ ਲਓ, ਉਸ ਦੇ ਵਿੱਚ ਡਰਿੱਲ ਨਾਲ ਗਲੀ ਕਰਕੇ ਇੱਕ ਪੇਚ ਪਾ ਦਿਓ। ਇੱਕ ਵੱਡੀ ਪੁਲੀ ਬਣਾਉਣ ਲਈ ਪੁਰਾਣੀਆਂ ਸੀਡੀਆਂ ਦੇ ਵਿਚਲੇ ਰਬੜ ਪਾ ਦਿਓ, ਫਿਰ ਇੱਕ ਗਰਾਰੀ ਰੱਖ ਦਿਓ ਅਤੇ ਉਸ ਨੂੰ ਜੋੜ ਦਿਓ। ਗਰਾਰੀ ਆਰਾਮ ਨਾਲ ਘੁੰਮਣੀ ਚਾਹੀਦੀ ਹੈ। ਫਿਰ ਲੱਕੜ ਦੇ ਸਟੈਂਡ ਦੇ ਨਾਲ 9V ਦੀ ਬੈਟਰੀ ਜੋੜ ਦਿਓ। ਮੋਟਰ ਐਕਸਲ ਦੀ ਵੀ ਉਸੇ ਤਰ੍ਹਾਂ ਦੀ ਗਰਾਰੀ ਹੋਣੀ ਚਾਹੀਦੀ ਹੈ। ਫਿਰ ਛੋਟੀ ਗਰਾਰੀ ਨੂੰ ਮੋਟਰ ਐਕਸਲ ਨਾਲ ਅਤੇ ਵੱਡੀ ਨੂੰ ਲੰਬੀ ਰਗੜ ਨਾਲ ਜੋੜ ਦਿਓ। ਵੱਡੀ ਗਰਾਰੀ ਘੁਮਾਉਣ ਨਾਲ ਛੋਟੀ ਗਰਾਰੀ ਬਹੁਤ ਤੇਜ਼ ਘੁੰਮੇਗੀ। ਹੁਣ ਮੋਟਰ ਦੇ ਦੋਨੋਂ ਹਿੱਸੇ ਐਲਈਡੀ ਨਾਲ ਜੋੜ ਦਿਓ। ਵੱਡੀ ਗਰਾਰੀ ਘੁਮਾਉਣ ਨਾਲ ਐਲਈਡੀ ਚੱਕ ਜਾਵੇਗੀ, ਕਿਉਂਕਿ ਖਿਡੌਣੇ ਵਾਲੀ ਮੋਟਰ ਜਨਰੇਟਰ ਦਾ ਕੰਮ ਕਰੇਗੀ। ਤੁਸੀਂ ਇਸ ਨਾਲ ਗਲੀ ਵਾਲੀਆਂ ਬੱਤੀਆਂ ਵੀ ਬਣਾ ਸਕਦੇ ਹੋ। ਹੈਂਡਲ ਘੁਮਾਉਣ ਨਾਲ ਬੱਤੀਆਂ ਜਗ ਜਾਣਗੀਆਂ। ਇਸ ਤਜਰਬੇ ਵਿੱਚ ਖਿਡੌਣੇ ਵਾਲੀ ਮੋਟਰ ਤੋਂ ਜਨਰੇਟਰ ਬਣਾਇਆ ਗਿਆ ਹੈ।